Hello friends, this is Dr. Meenakshi from Sure Score IELTS Institute, Barnala. Today I'm here with task 1 of examination date 7th March 2024. So that was a kind of process. Design of a modern landfill for the household waste. ਇਹ ਆਪਣੀ ਟੋਪਿਕ ਸਟੇਟਮੈਂਟ ਸੀਗੀ ਸੋ ਇਸ ਤਰੀਕੇ ਨਾਲ ਪਹਿਲਾਂ ਕੰਸਟਰਕਸ਼ਨ ਦੇ ਦੋ ਪਾਰਟਸ ਦਿੱਤੇ ਨੇ ਵਨ ਟੂ ਉਸ ਤੋਂ ਬਾਅਦ ਯੂਜ਼ ਦੀ ਗੱਲ ਕੀਤੀ ਗਈ ਹੈ ਅਤੇ ਲਾਸਟ ਦੀ ਗੱਲ ਕੀਤੀ ਹੈ ਕਲੋਜ਼ਰ ਦੀ ਕਲੀਅਰ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਨੂੰ ਅੰਡਰਸਟੈਂਡ ਕਰਾਂਗੇ ਕਿ ਐਗਜੈਕਟਲੀ ਕੀ ਦਿੱਤਾ ਇਹਨੂੰ ਕਿਸ ਤਰੀਕੇ ਨਾਲ ਲਿਖਣਾ ਆ ਜੇ ਆਪਾਂ ਫਸਟ 'ਤੇ ਚੱਲੀਏ ਤਾਂ ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ ਦੇਖੋ ਨਹੀਂ ਦਿੱਤਾ ਮੈਨ ਮੇਡ ਹੋਲ ਅਤੇ ਨੀਚੇ ਦਿੱਤਾ ਨੈਚੁਰਲ ਰੌਕ ਸੋ ਫਸਟ ਆਫ ਆਲ ਕੀ ਕੀਤਾ ਜਾਂਦਾ ਆ ਲੈਂਡ ਫੀਲ ਹੈ ਜਿਹੜਾ ਉਹਨੂੰ ਲਾਈਕ ਬਣਾਇਆ ਜਾਂਦਾ ਕਿੱਦਾਂ ਇੱਕ ਹੋਲ ਨੂੰ ਪੁੱਟ ਕੇ ਗਰਾਊਂਡ ਦੇ ਵਿੱਚ ਰਾਈਟ ਕੀ ਤੋਂ ਅਬਵ ਨੈਚੁਰਲ ਰੌਕ ਦੇ ਬੈਡ ਤੋਂ ਅਬਵ ਇੱਕ ਹੋਲ ਹੈ ਜਿਹੜਾ ਉਹ ਕੀਤਾ ਜਾਂਦਾ ਆ ਉਸ ਤੋਂ ਬਾਅਦ ਕੀ ਕੀਤਾ ਜਾਂਦਾ ਦੇਖੋ ਸੈਕਿੰਡ ਦੇ ਵਿੱਚ ਆਹ ਦੋ ਲੇਅਰਸ ਦਿਖ ਰਹੀਆਂ ਨੇ ਆਪਾਂ ਨੂੰ ਇੱਕ ਹੈਗੀ ਹੈ ਕਲੇ ਦੀ ਲੇਅਰ ਅਤੇ ਇੱਕ ਹੈਗੀ ਹੈ ਸਿੰਥੈਟਿਕ ਸਬਸਟੈਂਸ ਦੀ ਲੇਅਰ ਸੋ ਆਪਾਂ ਲਿਖਾਂਗੇ ਕਿ ਇਸ ਤੋਂ ਬਾਅਦ ਕੀ ਕੀਤਾ ਜਾਂਦਾ ਆ ਇਹਨੂੰ ਕਵਰ ਕੀਤਾ ਜਾਂਦਾ ਆ ਦੋ ਲੇਅਰਸ ਦੇ ਨਾਲ ਇੱਕ ਲੇਅਰ ਹੈਗੀ ਹੈ ਕਲੇ ਦੀ ਅਤੇ ਇੱਕ ਲੇਅਰ ਹੈਗੀ ਹੈ ਸਿੰਥੈਟਿਕ ਸਬਸਟੈਂਸ ਦੀ ਕਲੀਅਰ ਹੁਣ ਜਦੋਂ ਇਹ ਲੇਅਰਸ ਐਡ ਕਰਤੀ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜਾ ਵਿੱਚ ਹੋਲ ਵਾਲਾ ਸੈਂਟਰਲ ਪਾਰਟ ਹੈ ਉਹਦੇ 'ਚ ਇੱਕ ਡਰੇਨੇਜ ਟੈਂਕ ਨੂੰ ਫਿੱਟ ਕਰ ਦਿੱਤਾ ਜਾਂਦਾ ਹੈ ਅਤੇ ਡਰੇਨੇਜ ਜਿਹੜੀਆਂ ਪਾਈਪਸ ਨੇ ਰਾਈਟ ਉਹ ਲਗਾਈਆਂ ਜਾਂਦੀਆਂ ਨੇ ਇੰਸਟਾਲ ਕਰ ਦਿੱਤੀਆਂ ਜਾਂਦੀਆਂ ਨੇ ਕਲੀਅਰ ਐਂਡ ਉਸ ਤੋਂ ਬਾਅਦ ਦੇਖੋ ਇਹ ਤਾਂ ਦੋਨੋਂ ਪਾਰਟਸ ਹੋ ਗਏ ਨੇ ਕੰਸਟਰਕਸ਼ਨ ਦੇ ਉਸ ਤੋਂ ਬਾਅਦ ਥਰਡ ਦੇ ਵਿੱਚ ਕੀ ਕੀਤਾ ਜਾਂਦਾ ਹੈ ਯੂਜ਼ ਦਿੱਤਾ ਆ ਅਤੇ ਯੂਜ਼ ਦੇ ਵਿੱਚ ਧਿਆਨ ਨਾਲ ਦੇਖੋ ਇੱਥੇ ਹਾਊਸ ਹੋਲਡ ਵੇਸਟ ਨੂੰ ਪਾ ਦਿੱਤਾ ਜਾਂਦਾ ਟੈਂਕ ਦੇ ਵਿੱਚ ਰਾਈਟ ਐਗਜੈਕਟਲੀ ਜਿਹੜਾ ਆਪਾਂ ਰੱਖਿਆ ਸੀ ਐਂਡ ਉਸ ਤੋਂ ਬਾਅਦ ਨੀਚੇ ਇਹਨਾਂ ਨੇ ਦਿੱਤਾ ਵੇਸਟ ਲਿਕੁਇਡ ਸੋ ਦੈਟ ਇਜ਼ ਆਲ ਬਟ ਜਦੋਂ ਇਹਨੂੰ ਆਪਾਂ ਯੂਜ਼ ਕਰਦੇ ਹਾਂ ਤਾਂ ਜਿਹੜਾ ਵੇਸਟ ਲਿਕੁਇਡ ਹੁੰਦਾ ਆ ਜਿਹੜਾ ਆਪਣਾ ਹਾਊਸ ਹੋਲਡ ਵੇਸਟ ਦਾ ਲਿਕੁਇਡ ਹੁੰਦਾ ਆ ਉਹ ਸਿੰਕ ਕਰ ਜਾਂਦਾ ਬੋਟਮ 'ਤੇ ਕਲੀਅਰ ਅਤੇ ਡਰੇਨੇਜ ਜਿਹੜੀ ਪਾਈਪ ਹੈ ਉਹਦੇ ਥਰੂ ਬਾਹਰ ਨਿਕਲ ਜਾਂਦਾ ਆ ਇਹ ਹੋ ਗਏ ਯੂਜ਼ ਐਂਡ ਲਾਸਟ ਵਨ ਹੈਗਾ ਇਹਦਾ ਕਲੋਜ਼ਰ ਸੋ ਕਲੋਜ਼ਰ ਦੇ ਵਿੱਚ ਕੀ ਕੀਤਾ ਜਾਂਦਾ ਆ ਦੇਖੋ ਧਿਆਨ ਨਾਲ ਇਹਨੇ ਦਿੱਤਾ ਕਲੇ ਦੇ ਨਾਲ ਹੁਣ ਇਹਦੇ ਵਿੱਚ ਕਲੋਜ਼ਰ ਤੋਂ ਹੀ ਕਲੀਅਰ ਹੋ ਰਿਹਾ ਕਿ ਕਲੋਜ਼ ਕਰ ਦਿੱਤਾ ਜਾਂਦਾ ਆ ਮੀਨਸ ਜਿਹੜਾ ਲੈਂਡਫਿਲਾਂ ਨੂੰ ਕਲੋਜ਼ ਕਰ ਦਿੱਤਾ ਜਾਂਦਾ ਆ ਹੋਲ ਨੂੰ ਕਵਰ ਕਰਕੇ ਕਿਹਦੇ ਨਾਲ ਕਵਰ ਕੀਤਾ ਜਾਂਦਾ ਕਲੇ ਦੇ ਨਾਲ ਕਵਰ ਕੀਤਾ ਜਾਂਦਾ ਅਤੇ ਪਾਈਪਸ ਨੂੰ ਵੀ ਐਡ ਕੀਤਾ ਜਾਂਦਾ ਇੱਥੇ ਰਾਈਟ ਤਾਂ ਜਿਹੜੀ ਅੰਦਰ ਜਦੋਂ ਇਹਨੂੰ ਕਵਰ ਕਰਤਾ ਅੰਦਰ ਜਿਹੜੀ ਗੈਸ ਆ ਪ੍ਰੋਡਿਊਸ ਹੋ ਜਾਂਦੀ ਆ ਤਾਂ ਗੈਸ ਆ ਜਿਹੜੀ ਰਿਲੀਜ਼ ਕਿਹਦੇ ਥਰੂ ਹੁੰਦੀ ਆ ਬਾਹਰ ਕਿਹਦੇ ਥਰੂ ਆਉਂਦੀ ਆ ਪਾਈਪਸ ਦੇ ਥਰੂ ਆਉਂਦੀ ਹੈ ਜਿਹਨੂੰ ਆਪਾਂ ਡੋਮੈਸਟਿਕਲੀ ਯੂਜ਼ ਕਰਨਾ ਜਿਹੜਾ ਇਹਨੇ ਦਿੱਤਾ ਸੀਗਾ ਲੈਂਡਫਿਲ ਰਾਈਟ ਮਾਡਰਨ ਲੈਂਡਫਿਲ ਕਿਹਦੇ ਲਈ ਆ ਹਾਊਸ ਹੋਲਡ ਵੇਸਟ ਐਗਜੈਕਟਲੀ ਕਲੀਅਰ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਇੰਟਰੋਡਕਸ਼ਨ ਕਿੱਦਾਂ ਲਿਖਣੀ ਸੀ ਸੋ ਇੰਟਰੋਡਕਸ਼ਨ ਇਜ਼ ਆਲ ਅਬਾਊਟ ਦ ਰੈਂਡੇਡ ਡਾਇਗ੍ਰਾਮਸ ਦੈਟ ਇਜ਼ ਨੋਟ ਵਨ ਡਾਇਗ੍ਰਾਮ ਵੀ ਹੈਵ ਹੀਅਰ ਫੋਰ ਡਾਇਗ੍ਰਾਮਸ ਸੋ ਯੂ ਵਿਲ ਸਟਾਰਟ ਵਿਦ ਦ ਰੈਂਡੇ ਡਾਇਗ੍ਰਾਮਸ ਇਲੂਸਟ੍ਰੇਟ ਦ ਇਨਫੋਰਮੇਸ਼ਨ ਅਬਾਊਟ ਦ ਕੰਸਟਰਕਸ਼ਨ ਇੱਥੋਂ ਹੀ ਸ਼ੁਰੂ ਕਰਾਂਗੇ ਦ ਕੰਸਟਰਕਸ਼ਨ ਕੌਮਾ ਯੂਜਿਸ ਐਂਡ ਦ ਕਲੋਜ਼ਰ ਆਫ ਉਸ ਤੋਂ ਬਾਅਦ ਇਹਨੇ ਦਿੱਤਾ ਸੀ ਮਾਡਰਨ ਆਪਾਂ ਇੱਥੇ ਲਿਖ ਦਾਂਗੇ ਕੰਟੈਂਪਰੇਰੀ ਲੈਂਡਫਿਲ ਇਹਨੇ ਦਿੱਤਾ ਸੀ ਹਾਊਸ ਹੋਲਡ ਵੇਸਟ ਲਈ ਆਪਾਂ ਲਿਖਾਂਗੇ ਫੋਰ ਡੋਮੈਸਟਿਕ ਗਾਰਬੇਜ ਰਾਈਟ ਸੋ ਡੋਮੈਸਟਿਕ ਗਾਰਬੇਜ ਡਿਸਪੋਜ਼ਲ ਕਲੀਅਰ ਦੁਬਾਰਾ ਰਿਪੀਟ ਕਰ ਰਹੀ ਹਾਂ ਦ ਰੈਂਡੇ ਡਾਇਗ੍ਰਾਮਸ ਇਲੂਸਟ੍ਰੇਟ ਦ ਇਨਫੋਰਮੇਸ਼ਨ ਅਬਾਊਟ ਦ ਕੰਸਟਰਕਸ਼ਨ ਯੂਜਿਸ ਐਂਡ ਕਲੋਜ਼ਰ ਆਫ ਕੰਟੈਂਪਰੀ ਲੈਂਡਫਿਲ ਫੋਰ ਡੋਮੈਸਟਿਕ ਗਾਰਬੇਜ ਡਿਸਪੋਜ਼ਲ ਸੋ ਦੈਟ ਇਜ਼ ਆਲ ਅਬਾਊਟ ਇੰਟਰੋਡਕਸ਼ਨ ਹੁਣ ਸਭ ਤੋਂ ਪਹਿਲਾਂ ਕੰਸਟਰਕਸ਼ਨ 'ਤੇ ਚੱਲਦੇ ਹਾਂ ਜੀ ਜਿੱਦਾਂ ਮੈਂ ਇੱਥੇ ਸੈਂਟੈਂਸਿਸ ਲਿਖ ਵੀ ਦਿੱਤੇ ਨੇ ਐਜ਼ ਇਟ ਇਜ਼ ਤੁਹਾਨੂੰ ਦੱਸਦੀ ਹਾਂ ਆਪਾਂ ਕੀ ਬੋਲਿਆ ਸੀਗਾ ਮੈਨ ਮੇਡ ਹੋਲ ਇੱਕ ਪੁੱਟਿਆ ਜਾਂਦਾ ਆ ਐਗਜੈਕਟਲੀ ਇੱਥੇ ਨੈਚੁਰਲ ਬੈਡ ਦੇ ਸੋਰੀ ਨੈਚੁਰਲ ਰੌਕ ਦੇ ਬੈਡ 'ਤੇ ਸੋ ਇਨੀਸ਼ੀਅਲੀ ਦ ਲੈਂਡਫਿਲ ਇਜ਼ ਮੇਡ ਬਾਏ ਡਿਗਿੰਗ ਅ ਹੋਲ ਇਨ ਦ ਗਰਾਊਂਡ ਅਬਾਊਟ ਦ ਬੈਡ ਆਫ ਨੋਟ ਅਬਾਊਟ ਇਟਸ ਅਬਵ ਰਾਈਟ ਦ ਬੈਡ ਆਫ ਦ ਨੈਚੁਰਲ ਰੌਕ ਕਲੀਅਰ ਉਸ ਤੋਂ ਬਾਅਦ ਸੈਕਿੰਡ ਦੇ ਵਿੱਚ ਆਪਾਂ ਗੱਲ ਕਰਨੀ ਹੈ ਲੇਅਰਸ ਦੀ ਸੋ ਦ ਬੋਟਮ ਆਫ ਦ ਹੋਲ ਇਜ਼ ਦੇਅਰ ਆਫਟਰ ਕਵਰ ਵਿਦ ਆ ਬੋਟਮ ਨੂੰ ਆਪਾਂ ਕਵਰ ਕਰਤਾ ਕਿਹਦੇ ਨਾਲ ਦੋ ਲੇਅਰਸ ਨਾਲ ਸੋ ਲੇਅਰ ਆਫ ਕਲੇ ਐਂਡ ਅਨਦਰ ਲੇਅਰ ਆਫ ਸਿੰਥੈਟਿਕ ਸਬਸਟੈਂਸ
ਉਸ ਤੋਂ ਬਾਅਦ ਡਰੇਨੇਜ ਪਾਈਪਸ ਐਂਡ ਡਰੇਨੇਜ ਟੈਂਕ ਆਰ ਇੰਸਟਾਲਡ। ਯੂ ਕੈਨ ਆਲਸੋ ਰਾਈਟ ਹੀਅਰ ਐਡ ਕਰਨਾ ਹੈ ਨਾ ਟੈਂਕ ਨੂੰ, ਐਡਿਡ ਵਰਡ ਯੂਜ ਕਰ ਸਕਦੇ ਹੋ, ਔਰ ਇੰਸਟਾਲਡ ਇਨ ਆਰਡਰ ਟੂ ਰਿਮੂਵ ਦ ਟੋਕਸਿਕ ਵੇਸਟ ਲਿਕੁਅਰਸ ਫਰੋਮ ਦ ਬੋਟਮ ਆਫ ਦ ਲੈਂਡਫਿਲ। ਸੋ ਕਿਉਂ ਕੀਤਾ, ਕਿਉਂਕਿ ਟੈਂਕ ਜਿਹੜਾ ਹੈਗਾ ਉਹਦੇ ਥਰੂ ਸਿੰਕ ਕਰੂਗਾ ਅਤੇ ਪਾਈਪਸ ਦੇ ਥਰੂ ਉਹ ਰਿਲੀਜ਼ ਹੋਊਗਾ। ਇਹ ਹੋ ਗਈ ਕੰਸਟਰਕਸ਼ਨ। ਉਸ ਤੋਂ ਬਾਅਦ ਆ ਜਾਓ ਥਰਡ 'ਤੇ, ਯੂ ਵਿਲ ਸਟਾਰਟ ਵਿਦ ਵਾਂਸ ਦ ਲੈਂਡਫਿਲ ਹੈਜ਼ ਬੀਨ ਬਿਲਟ। ਇੱਕ ਵਾਰ ਜਦੋਂ ਆਪਾਂ ਲੈਂਡਫਿਲ ਤਿਆਰ ਕਰ ਲਿਆ, ਇਟ ਇਜ਼ ਰੈਡੀ ਟੂ ਬੀ ਫਿਲਡ ਵਿਦ ਦ ਹਾਊਸ ਹੋਲਡ ਵੇਸਟ। ਸੋ ਉਹਦੇ ਵਿੱਚ ਆਪਾਂ ਕੀ ਪਾਉਣਾ, ਹਾਊਸ ਹੋਲਡ ਵੇਸਟ ਪਾ ਦੇਣਾ ਆ। ਦੈਨ ਇਹਦੀ ਗੱਲ ਕਰਾਂਗੇ ਵੇਸਟ ਲਿਕੁਅਰ ਬਾਹਰ ਨਿਕਲਣ ਦੀ, ਹੈ ਨਾ। ਸੋ ਡਿਊਰਿੰਗ ਦ ਯੂਜਿਸ ਸਟੇਜ ਆਫ ਦ ਲੈਂਡਫਿਲ ਵੇਸਟ ਲਿਕੁਅਰਸ ਵਿਲ ਸਿੰਕ ਟੂ ਦ ਬੋਟਮ ਵੇਅਰ ਦੇ ਵਿਲ ਬੀ ਹੈਲਡ ਇਨ ਦ ਡਰੇਨੇਜ ਟੈਂਕ। ਟੈਂਕ ਦੇ ਵਿੱਚ ਆ ਜਾਣਗੇ, ਉਸ ਤੋਂ ਬਾਅਦ ਰਿਮੂਵ ਹੋ ਜਾਣਗੇ ਕਿਹਦੇ, ਦੁਬਾਰਾ ਡਰੇਨੇਜ ਪਾਈਪ ਸੇ ਦੁਬਾਰਾ। ਐਂਡ ਲਾਸਟਲੀ ਆਪਾਂ ਕਹਿਣਾ ਫਾਈਨਲੀ ਔਰ ਇਵੈਂਚੁਅਲੀ ਦ ਲੈਂਡਫਿਲ ਇਜ਼ ਕਲੋਜ਼ਡ ਬਾਏ ਕਵਰਿੰਗ ਦ ਹੋਲ। ਸੋ ਵੀ ਆਰ ਗੋਇੰਗ ਟੂ ਕਵਰ ਦ ਹੋਲ ਵਿਦ ਦ ਕਲੇ ਐਂਡ ਦ ਪਾਈਪਸ। ਸੋ ਗੈਸ ਇਜ਼ ਪ੍ਰੋਡਿਊਸਡ ਇਨਸਾਈਡ, ਰਾਈਟ, ਔਰ ਫਰੋਮ ਦ ਵੇਸਟ ਵਿਚ ਵੀ ਜਸਟ ਹੈਵ ਪੁੱਟ ਹੀਅਰ। ਓਕੇ, ਸੋ ਦੈਟ ਵਿਲ ਪਾਸ ਥਰੂ ਦ ਪਾਈਪਸ ਐਂਡ ਕੈਨ ਬੀ ਯੂਜ਼ ਡੋਮੈਸਟਿਕਲੀ। ਕਲੀਅਰ, ਦੈਟ ਇਜ਼ ਦ ਥਿੰਗ ਐਗਜੈਕਟਲੀ। ਸੋ ਇਹਦੇ ਵਿੱਚ ਬੇਟਾ ਇੱਕ ਗੱਲ ਦਾ ਧਿਆਨ ਰੱਖਣਾ ਦੁਬਾਰਾ ਕਿ ਲਾਈਕ ਫੋਰ ਜਿਹੜੇ ਹੋਲਸ ਨੇ ਉਹ ਨਹੀਂ ਡਿੱਗ ਕੀਤੇ ਜਾਂਦੇ। ਮਤਲਬ ਕਈ ਟੀਚਰਸ ਕਹਿੰਦੇ ਨੇ ਕਿ ਫੋਰ ਹੋਲਸ ਨੂੰ ਡਿੱਗ ਕੀਤਾ, ਨੋ 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 ਨੋ, ਇਟਸ ਆਲ ਅਬਾਊਟ ਦ ਵਨ। ਇੱਕ ਹੋਲ ਨੂੰ ਆਪਾਂ ਡਿੱਗ ਕੀਤਾ, ਉਹਦੇ 'ਚ ਇੱਦਾਂ ਸੈਟਅਪ ਕੀਤਾ ਆ, ਇਹ ਹੋ ਗਈ ਕੰਸਟਰਕਸ਼ਨ। ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਹਾਊਸ ਹੋਲਡ ਵੇਸਟ ਨੂੰ ਪਾਤਾ, ਇਹ ਹੋ ਗਿਆ ਉਹਨੂੰ ਯੂਜ਼ ਕੀਤਾ ਆ, ਐਂਡ ਉਸ ਤੋਂ ਬਾਅਦ ਉਹਨੂੰ ਉੱਪਰੋਂ ਬੰਦ ਕਰਤਾ, ਕਵਰ ਕਰਤਾ, ਉਹ ਹੋ ਗਿਆ ਕਲੋਜ਼ਰ। ਕਲੀਅਰ, ਆਪਾਂ ਜਿਹੜਾ ਹੋਲ ਹੈ ਇੱਕੋ ਹੀ ਡਿੱਗ ਕੀਤਾ ਆ। ਸਮਝ ਆ ਗਈ ਬੇਟਾ? ਸੋ ਆਪਾਂ ਐਟ ਲਾਸਟ ਜਿਹੜਾ ਇਹਦਾ ਇਨਕੈਪਸੂਲੇਸ਼ਨ ਹੈ, ਤੁਸੀਂ ਸਿੰਪਲ ਲਿਖ ਸਕਦੇ ਹੋ ਕਿ ਜਿਹੜੀ ਪ੍ਰੋਸੈਸ ਹੈ ਬਹੁਤ ਜ਼ਿਆਦਾ ਕੰਪਲੈਕਸ ਨਹੀਂ ਹੈ, ਦੈਟ ਇਜ਼ ਰੀਅਲੀ ਵੈਰੀ ਸਿੰਪਲ, ਅਤੇ ਸਿਰਫ ਇੱਕ ਹੋਲ ਆਪਾਂ ਡਿੱਗ ਕਰਨਾ ਆ। ਕਲੀਅਰ, ਬਿਕੋਜ਼ ਆਪਾਂ ਆਲਰੇਡੀ ਦੇਖਿਆ ਹੈ ਕਿ ਕੰਸਟਰਕਸ਼ਨ ਇਜ਼ ਵੈਰੀ ਈਜ਼ੀ, ਅਲੋਂਗ ਵਿਦ ਦੈਟ ਯੂਜਿਸ ਇਜ਼ ਵੈਰੀ ਈਜ਼ੀ, ਅਤੇ ਲਾਈਕ ਐਟ ਲਾਸਟ ਵੀ ਗੇਟ ਗੈਸ ਐਗਜੈਕਟਲੀ ਜਿਹੜੀ ਕਿ ਪ੍ਰੋਡਿਊਸ ਹੋਈ ਹੈ, ਅਤੇ ਉਹ ਰਿਲੀਜ਼ ਹੁੰਦੀ ਹੈ ਕਿਹਦੇ ਥਰੂ, ਗੈਸਿਸ ਦੇ ਥਰੂ। ਕਲੀਅਰ, ਸੋ ਦੈਟਸ ਆਲ ਅਬਾਊਟ ਟਾਸਕ ਵਨ। ਥੈਂਕ ਯੂ, ਹੈਵ ਅ ਨਾਈਸ ਟਾਈਮ, ਬਾਏ। ਮਿਲਦੇ ਨੈਕਸਟ ਟਾਈਮ ਨਵੇਂ ਟਾਸਕ ਦੇ ਨਾਲ। ਟੇਕ ਕੇਅਰ, ਬਾਏ।